Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਬਾਬੂ ਜੀ ਹਰੀ ਆ ਬੈਠ, ਉਹ ਬੈਠ ਪਹਿਲਾਂ ਬੈਠ ਬੈਠ, ਆ ਜਾ ਪੁੱਤ ਬੈਠ। ਬਾਬੂ ਜੀ ਤੁਸੀਂ ਇਹ ਰੱਖ ਲਓ। ਨਹੀਂ ਪੁੱਤ, ਮੈਂ ਇਹ ਰੁਪਏ ਵਾਪਸ ਨਹੀਂ ਲੈ ਸਕਦਾ। ਏਦਾਂ ਨਾ ਕਰੋ ਬਾਬੂ ਜੀ, ਦੇਖੋ ਜਿਹੜੇ ਰੁਪਈਆਂ ਨਾਲ ਘਰ ਵਿੱਚ ਕਲੇਸ਼ ਪਵੇ ਨਾ, ਉਹ ਮੈਂ ਰੱਖ ਨਹੀਂ ਸਕਦੀ। ਤੁਸੀਂ ਇੱਕ ਕੰਮ ਕਰੋ, ਤੁਸੀਂ ਇਹਨਾਂ ਰੁਪਈਆਂ ਨੂੰ ਨਾ ਰੂਲਾ ਸਵੀਟਸ ਦੇ ਖਾਤੇ ਵਿੱਚ ਜਮ੍ਹਾਂ ਕਰ ਦਿਓ, ਜਾਂ ਫਿਰ ਤੁਸੀਂ ਸਾਰਿਆਂ ਨੂੰ ਵੰਡ ਦਿਓ। ਉਹ ਕਿਹੜੇ ਕਲੇਸ਼ ਦੀ ਗੱਲ ਕਰ ਰਹੀ ਹੈ ਤੂੰ? ਇੱਦਾਂ ਦੇ ਇੱਕ ਦੋ ਬੇਅਕਲੇ ਤਾਂ ਹਰ ਘਰ ਵਿੱਚ ਹੁੰਦੇ ਨੇ, ਤੂੰ ਉਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾ। ਬਾਬੂ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਤੁਸੀਂ ਇਹਨੂੰ ਰੱਖ ਲਓ। ਚੱਲ ਮੈਂ ਅਗਰ ਰੱਖ ਵੀ ਲਾਂ ਤੇ ਨਰੂਲਾ ਸਵੀਟਸ ਵਿੱਚ ਜਿਨ੍ਹਾਂ ਨੇ ਪੈਸਾ ਲਾਇਆ ਹੈ ਉਹਨਾਂ ਨੂੰ ਕਿੱਥੋਂ ਮੋੜੇਗੀ? ਉਹਨਾਂ ਦੀ ਕਿਸ਼ਤ ਹਰ ਮਹੀਨੇ ਭਰਨੀ ਪੈਣੀ ਹੈ ਨਾ। ਬਾਬੂ ਜੀ ਉਹ ਗੱਲ ਵੀ ਮੈਂ ਸੋਚ ਲਈ, ਜਾਂ ਤਾਂ ਮੈਂ ਉਹਨਾਂ ਕੋਲੋਂ ਹੋਰ ਟਾਈਮ ਮੰਗ ਲਵਾਂਗੀ, ਜਾਂ ਫਿਰ ਆਪਣੀ ਦੁਕਾਨ ਆਹੂਜਾ ਸਵੀਟਸ ਉੱਤੇ ਨਾ ਮੈਂ ਗਹਿਣੇ ਰੱਖ ਕੇ ਹੋਰ ਕਰਜ਼ਾ ਲੈ ਲਵਾਂਗੀ। ਇੱਕ ਕਰਜ਼ਾ ਚੁਕਾਉਣ ਲਈ ਇੱਕ ਹੋਰ ਕਰਜ਼ਾ ਸਿਰ ਤੇ ਲੈ ਲੇਗੀ, ਸਿਰਫ ਇਸ ਲਈ ਕਿ ਘਰ ਦੇ ਖੁਸ਼ ਰਹਿਣ? ਕਮਲਿਆਂ ਵਾਲੀਆਂ ਗੱਲਾਂ ਨਹੀਂ ਕਰਦੇ ਰੀਤ, ਏਦਾਂ ਕਰਜ਼ਾ ਸਿਰ ਤੇ ਚੜਾ ਕੇ ਬਿਜ਼ਨਸ ਨਹੀਂ ਹੁੰਦਾ। ਬਾਬੂ ਜੀ ਤੁਸੀਂ ਜੋ ਸੋਚਣਾ ਸੋਚੋ, ਪਰ ਤੁਸੀਂ ਪਲੀਜ਼ ਇਹਨੂੰ ਆਪਣੇ ਕੋਲ ਰੱਖ ਲਓ, ਮੈਂ ਨਹੀਂ ਰੱਖ ਸਕਦੀ ਇਹਨੂੰ। ਮੰਨਣਾ ਤੇ ਤੂੰ ਹੈ ਨਹੀਂ, ਲਿਆ ਫੜਾ ਇਹ, ਮੈਂ ਪਿੰਨੀ ਨੂੰ ਦੇ ਦੇਣਾ, ਉਹ ਦੇਖੂ ਇਹਦਾ ਕੀ ਕਰਨਾ। ਹੈਲੋ ਸਰ ਜੀ। ਹਾਂਜੀ, ਪਹਿਲੀ ਕਿਸ਼ਤ ਦੇਣੀ ਆ ਤੁਸੀਂ, ਸਿਰਫ 2-3 ਬਾਅਦ ਚੈੱਕ ਦਿਓਗੇ ਜਾਂ ਕੈਸ਼? ਉਦਾਂ ਜੇ ਟਾਈਮ ਤੇ ਕਿਸ਼ਤ ਨਾ ਦਿੱਤੀ ਤਾਂ ਤੁਹਾਨੂੰ ਪਤਾ ਤਾਂ ਹੈ ਨਾ ਕਿ ਮੈਂ ਕੁਝ ਵੀ ਕਰ ਸਕਦਾ। ਰੁਕੋ ਰਣਵੀਰ ਸਰ, ਤੁਹਾਡਾ ਇਸ ਕੈਬਿਨ 'ਚ ਆਉਣਾ ਮਨਾ ਹੈ। ਕਿਉਂ, ਬੌਸ ਹੈ ਤੂੰ? ਮੈਂ ਚੱਲ ਗਿਵੇ। ਸਰ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਡਾ ਇਸ ਕੈਬਿਨ 'ਚ ਆਉਣਾ ਮਨਾ ਹੈ। ਛੱਡ ਮੈਨੂੰ, ਆਈ ਸਰ ਛੱਡ ਮੈਨੂੰ। ਇੱਦਾਂ ਨਹੀਂ ਮੰਨਣਾ ਤੁਸੀਂ, ਮੈਨੂੰ ਮਜਬੂਰ ਹੋ ਕੇ ਸਿਕਿਉਰਿਟੀ ਬੁਲਾਉਣੀ ਪੈਣੀ ਹੈ। ਜਿੱਦ ਨਾ ਕਰੋ ਸਰ, ਬੌਸ ਦੀ ਪਰਮਿਸ਼ਨ ਤੋਂ ਬਿਨਾਂ ਜੇ ਤੁਸੀਂ ਆਫਿਸ 'ਚ ਆਏ ਤਾਂ ਸਾਨੂੰ ਮਜਬੂਰਨ ਪੁਲਿਸ ਬੁਲਾਉਣੀ ਪੈਣੀ ਹੈ। ਚਲੋ ਬਾਹਰ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।